ਸਿਵਲ ਕੋਰਟ ਕੇਸ ਪਾਇਆ ਵਾ ਜੀ, ਉਹਨਾਂ ਦਾ ਫੈਸਲਾ ਉੱਥੇ ਸਿਵਲ ਕੋਰਟ ਨੇ ਰੱਦ ਕਰਤਾ ਜੀ, ਮਤਾ ਰੱਦ ਕਰਤਾ। ਉਹ ਮਤਾ ਰੱਦ ਕਰਕੇ ਜੀ ਉਹ ਡਾਇਰੈਕਟਰ ਸਾਹਿਬ ਨੇ ਇਹਨਾਂ ਨੂੰ ਪ੍ਰਿੰਟ ਕੈਂਸਲ ਕਰਕੇ ਚੁਕਾਉਣ ਦੇ ਹਦਾਇਤ ਦਿੱਤੇ ਜੀ, ਪ੍ਰਿੰਟ ਕਬਜ਼ਾ ਕਟਾਤਾ ਜੀ। ਉਸ ਤੋਂ ਬਾਅਦ ਜੀ ਇਹ ਲਾਭ ਪੱਤਰੀ ਆਪਣਾ ਜਾ ਕੇ ਡਾਇਰੈਕਟਰ ਸਾਹਿਬ ਦੇ ਮੋਹਾਲੀ ਪੇਸ਼ ਹੋ ਗਏ ਜੀ। ਡਾਇਰੈਕਟਰ ਸਾਹਿਬ ਨੇ ਫੈਸਲਾ ਦਿੱਤਾ ਜੀ ਵੀ ਜੋ ਪੰਜ ਪੰਜ ਮਰਲੇ ਦੇ ਪਲਾਟ ਲਾਭਪਾਤਰੀ ਨੇ ਇਹਨਾਂ ਦੀ ਚੋਣ ਦੁਬਾਰਾ ਕੀਤੀ ਜਾਵੇ। ਜਿਹੜਾ ਹੈਗਾ ਜੀ ਕੱਲ ਕਬਜ਼ਾ ਪ੍ਰਿੰਟ ਦੇ ਆਰਡਰ ਸੀ ਜੋ, ਹੁਣ ਆਪਾਂ ਫੋਨ ਤੇ ਗੱਲ ਕਰ ਸਕਦੇ ਕਿਉਂਕਿ ਅਸੀਂ ਨਿਊਜ਼ ਟੈਲੀਕਾਸਟ ਕਰਨੀ ਹੈ। ਸਾਰਿਆਂ ਨੇ ਜੀ ਆਪਣੀ ਮੁਤਾਬਕ ਆਪਣੀ ਪੈਸਾ ਟੁੱਕਰ ਜਿੰਨਾ ਵੀ ਆਪਣੇ ਕੋਲ ਸੀ ਅਗਲੇ ਨੇ ਲਾਇਆ ਜੀ ਆਪਣੇ ਪਲਾਟਾਂ ਤੇ, ਸਾਰਿਆਂ ਨੇ ਮਕਾਨ ਬਣਾਏ ਪਏ ਨੇ ਜੀ। ਹੁਣ ਜੇ ਅਗਰ ਉਹ ਹੁਣ ਸਰਕਾਰ ਜੇ ਆਉਂਦੀ ਹੈ ਸਾਨੂੰ ਹਟਾ ਦਿੰਦੀ ਹੈ ਜੀ, ਅਸੀਂ ਤਾਂ ਜੀ ਬਿਲਕੁਲ ਮਰ ਗਏ ਜੀ। ਇਸ ਤਾਂ ਇਹ ਜਿਹੜੇ ਸਾਨੂੰ ਪਲਾਟ ਮਿਲੇ ਨੇ ਵੀ ਜੇ ਪਲਾਟ ਸਾਡੇ ਢਹਿਣ ਲੱਗੇ, ਸਰਕਾਰ ਸਾਡੇ ਢਹਾਉਣ ਲੱਗੀ ਤਾਂ ਅਸੀਂ ਜੀ ਬੱਚੇ ਨੂੰ ਲੈ ਕੇ ਅਸੀਂ ਇੱਥੇ ਤੇਲ ਛਿੜਕ ਛਿੜਕ ਕੇ ਇੱਥੇ ਸਤੀ ਹੋਵਾਂਗੇ, ਇੱਥੇ ਮਰ ਜਾਵਾਂਗੇ, ਨਹੀਂ ਸਰਕਾਰ ਨੂੰ ਸਾਨੂੰ ਪਲਾਟ ਦੇਣੇ ਚਾਹੀਦੇ। ਹਾਂਜੀ ਜਿਹੜੇ ਸਾਨੂੰ ਪਲਾਟ ਮਿਲੇ ਆ ਜੀ ਸਾਨੂੰ ਮਿਲਣੇ ਚਾਹੀਦੇ ਆ ਜੀ, ਜਿਹੜੇ ਸਾਨੂੰ ਸਰਕਾਰ ਨੇ ਦਿੱਤੇ ਆ ਜੀ। ਜੇ ਸਾਡੇ ਤੋਂ ਸਰਕਾਰ ਧੱਕਾ ਕਰੂਗੀ ਜੀ ਅਸੀਂ ਤਾਂ ਆਪਣਾ ਜੀ ਬੱਚਾ ਲੈ ਕੇ ਇੱਥੇ ਮਰ ਜਾਵਾਂਗੇ, ਅਸੀਂ ਲੈਣ ਯੋਗ ਹੈ ਨਹੀਂ ਜੀ, ਖਰੀਦ ਨਹੀਂ ਸਕਦੇ ਦਿਹਾੜੀ ਕਰਨ ਵਾਲੇ ਬੰਦੇ ਆ ਜੀ, ਕਿ ਅਸੀਂ ਆਪਣੇ ਬੱਚਿਆਂ ਨੂੰ ਜਗ੍ਹਾ ਖਰੀਦ ਕੇ ਦਈਏ ਤਾਂ ਆਪਣੀ ਰੋਟੀ ਖਾਈਏ ਜੀ। ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਅੱਜ ਕਰੰਟ ਇਸ਼ੂ ਦੇ ਵਿੱਚ ਬਹੁਤ ਅਹਿਮ ਵਿਸ਼ੇ 'ਤੇ ਅਸੀਂ ਗੱਲ ਕਰਨ ਜਾ ਰਹੇ ਹਾਂ। ਦਰਅਸਲ ਸਰਕਾਰਾਂ ਆਉਂਦੀਆਂ ਨੇ, ਸਰਕਾਰਾਂ ਜਾਂਦੀਆਂ ਨੇ, ਔਰ ਜਿਹੜੀ ਸਰਕਾਰ ਚਲੇ ਜਾਂਦੀ ਹੈ ਉਸ ਦੇ ਕੀਤੇ ਹੋਏ ਕੰਮਾਂ ਦੀ ਜਾਂਚ ਕਰਵਾਉਂਦੀ ਹੈ ਜੀ ਮੌਜੂਦਾ ਸਰਕਾਰ, ਕੀ ਮਤਲਬ ਉਸ ਕੰਮਾਂ ਕਾਰਾਂ ਦੇ ਵਿੱਚ ਕੋਈ ਘਪਲਾ ਤਾਂ ਨਹੀਂ ਹੋਇਆ ਵਗੈਰਾ ਵਗੈਰਾ। ਮਤਲਬ ਇੱਕ ਸਰਕਾਰ ਦੂਜੀ ਸਰਕਾਰ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦੀ ਆ ਔਰ ਉਸਦੇ ਕੀਤੇ ਹੋਏ ਕੰਮਾਂ ਨੂੰ ਵੀ ਵੇਖਦੀ ਆ। ਖੈਰ ਇਹ ਤਾਂ ਆਪਣਾ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਚੱਲਦਾ ਰਹਿੰਦਾ ਹੈ। ਲੇਕਿਨ ਦੋਸਤੋ ਜਦੋਂ ਇਹ ਜਾਂਚ ਕਰਾਉਂਦੇ ਆ ਤਾਂ ਪੀਸੇ ਕੌਣ ਜਾਂਦੇ ਹੈ? ਪੀਸੇ ਜਾਂਦੀ ਹੈ ਆਮ ਆਵਾਮ, ਆਮ ਲੋਕ, ਗਰੀਬ ਲੋਕ। ਜਿਹੜੀ ਸਰਕਾਰ ਜਾ ਚੁੱਕੀ ਹੈ ਉਸ ਸਰਕਾਰ ਨੇ ਜੋ ਗਰੀਬ ਪਰਿਵਾਰਾਂ ਨੂੰ ਲਾਭ ਦਿੱਤੇ ਹੈ ਤਾਂ ਜਿਹੜੀ ਪ੍ਰੈਜ਼ੈਂਟ ਸਰਕਾਰ ਹੈ ਕਿਤੇ ਨਾ ਕਿਤੇ ਉਸ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦੀ ਹੈ। ਇਹ ਵੀ ਦਰਅਸਲ ਇੱਕ ਮਾਮਲਾ ਹੈ, ਬਹੁਤ ਅਹਿਮ ਮਾਮਲਾ ਹੈ। ਡਿਸਟ੍ਰਿਕਟ ਪਟਿਆਲੇ ਦੇ ਵਿੱਚ ਇੱਕ ਪਿੰਡ ਹੈ ਦੁਕਾਟ। ਦੁਕਾਟ ਪਿੰਡ ਦੇ ਵਿੱਚ ਕੁਛ ਇੱਕ ਪਰਿਵਾਰਕ ਮੈਂਬਰ ਹੈ ਜਿਨ੍ਹਾਂ ਨੂੰ ਸਰਕਾਰ ਵੱਲੋਂ 2013 ਦੇ ਵਿੱਚ ਕੁਛ ਇੱਕ ਪੰਜ ਪੰਜ ਮਰਲੇ ਦੇ ਪਲਾਟ ਜਿਹੜੇ ਹੈ ਉਹ ਅਲਾਟ ਕੀਤੇ ਸੀ। ਲੇਕਿਨ ਉਸ ਪਰਿਵਾਰ ਨੇ ਮਿਹਨਤ ਮੁਸ਼ੱਕਤ ਕਰਕੇ ਕੱਚੇ ਪੱਕੇ ਮਕਾਨ ਕਿਸੇ ਨਾ ਕਿਸੇ ਤਰ੍ਹਾਂ ਦਿੱਤੇ ਹੋਏ ਸਰਕਾਰ ਵੱਲੋਂ ਉਸ ਪਲਾਟ ਦੇ ਉੱਪਰ ਬਣਾ ਲਏ। ਲੇਕਿਨ ਕਿਤੇ ਨਾ ਕਿਤੇ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਪਲਾਟਾਂ ਨੂੰ ਦੁਬਾਰਾ ਫਿਰ ਜਾਂਚ ਦੇ ਵਿਸ਼ੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਤੇ ਦੋਸਤੋ ਜਦੋਂ ਇਹਨਾਂ ਨੂੰ ਪਲਾਟ ਦਿੱਤੇ ਗਏ ਤਾਂ ਪਿੰਡ ਦੇ ਹੀ ਕੁਛ ਲੋਕਾਂ ਨੂੰ ਇਹ ਗੱਲ ਹਜ਼ਮ ਹੁੰਦੀ ਨਜ਼ਰ ਨਹੀਂ ਆਈ। ਉਹਨਾਂ ਨੇ ਇਹਨਾਂ ਲਾਭਪਾਤਰੀਆਂ ਦੇ ਖਿਲਾਫ ਮਾਨਯੋਗ ਕੋਰਟ ਦੇ ਵਿੱਚ ਜਾ ਕੇ ਅਪੀਲ ਕਰ ਦਿੱਤੀ। ਅਤੇ ਦੋਸਤੋ ਜਦੋਂ ਮਾਨਯੋਗ ਕੋਰਟ ਦੇ ਵਿੱਚ ਇਹ ਕੇਸ ਅਪੀਲ ਗਈ ਤਾਂ ਸਟੇ ਹੋਇਆ। ਸਟੇ ਤੋਂ ਬਾਅਦ 2013 ਦੇ ਵਿੱਚ ਜਿਹੜੇ ਪਲਾਟ ਦੇਣ ਦੀ ਸਕੀਮ ਸੀਗੀ ਉਸ ਨੂੰ ਮਾਨਯੋਗ ਕੋਰਟ ਵੱਲੋਂ ਰੱਦ ਵੀ ਕਰ ਦਿੱਤਾ ਗਿਆ। ਤਾਂ ਫਿਰ ਦੋਸਤੋ ਜਦੋਂ ਇਸ ਖਬਰ ਬਾਰੇ ਲਾਭਪਾਤਰੀਆਂ ਨੂੰ ਪਤਾ ਲੱਗਾ ਤਾਂ ਉਹ ਫਿਰ ਚੁੱਪ ਥੋੜ੍ਹੀ ਬੈਠਣਗੇ। ਉਹਨਾਂ ਨੇ ਆਪਣੀ ਅਪੀਲ ਪਾ ਦਿੱਤੀ ਆਈ ਐੱਸ ਆਫਿਸਰ ਮੈਡਮ ਤਨੂ ਕਸ਼ਪ ਜੀ ਦੇ ਕੋਲ, ਜੋ ਕਿ
ਡਾਇਰੈਕਟਰ ਪੰਚਾਇਤ ਵਿਭਾਗ ਨਾਲ ਰਿਲੇਟਡ ਨੇ ਪੰਜਾਬ ਸਰਕਾਰ ਦੇ ਵਿੱਚ, ਔਰ ਉਹਨਾਂ ਆਫੀਸਰ ਨੇ, ਆਈਐਸ ਆਫੀਸਰ ਮੈਡਮ ਨੇ ਆਪਣੇ ਅਧਿਕਾਰਾਂ ਦੀ ਕੀਤੀ ਹੈ ਵਰਤੋਂ। ਕੀ ਆਪਣੇ ਅਧਿਕਾਰਾਂ ਦੀ ਵਰਤੋਂ ਕੀਤੀ ਹੈ? ਤੇ ਦੋਸਤੋ, ਜਦੋਂ ਲਾਭਪਾਤਰੀਆਂ ਨੇ ਕੇਸ ਆਈਐਸ ਆਫੀਸਰ ਮੈਡਮ ਤਨੂ ਕਸ਼ਯਪ ਜੀ ਦੇ ਕੋਲ ਭੇਜਿਆ, ਜੋ ਕਿ ਡਾਇਰੈਕਟਰ ਪੰਚਾਇਤ ਆਫੀਸਰ ਨੇ, ਉਹਨਾਂ ਦੇ ਕੋਲ ਭੇਜਿਆ, ਤੇ ਉਹਨਾਂ ਨੇ ਬਕਾਇਦਾ ਤੌਰ ਤੇ ਆਪਣੇ ਅਧਿਕਾਰਾਂ ਦੀ ਕੀਤੀ ਹੈ ਅੱਛੀ ਤਰ੍ਹਾਂ ਵਰਤੋਂ, ਔਰ ਕੀ ਵਰਤੋਂ ਕੀਤੀ ਹੈ ਉਹ ਜਰਾ ਤੁਸੀਂ ਸੁਣ ਸਕਦੇ ਹੋ। ਪਰ ਮੈਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਯਾਨੀ ਕਿ ਵੀਡੀਓ ਨੂੰ ਹਦਾਇਤ ਕਰਦੀ ਹਾਂ ਕਿ ਉਹ ਆਪਣੀ ਹਾਜ਼ਰੀ ਵਿੱਚ ਖੁਦ ਗ੍ਰਾਮ ਪੰਚਾਇਤ ਦੀ ਮੀਟਿੰਗ ਵਿੱਚ 5-5 ਮਰਲੇ ਦੇ ਪਲਾਟ ਗਰੀਬ ਬੇਘਰੇ ਬੇਜ਼ਮੀਨੀ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਲਾਟ ਕਰਨ ਲਈ ਯੋਗ ਲਾਭਪਾਤਰੀਆਂ ਦੀ ਚੋਣ ਹੁਕਮ ਪ੍ਰਾਪਤ ਹੋਣ 'ਤੇ ਗ੍ਰਾਮ ਪੰਚਾਇਤ ਦੀ ਹਾਜ਼ਰੀ ਵਿੱਚ 1 ਮਹੀਨੇ ਦੇ ਅੰਦਰ ਅੰਦਰ ਕਰੇ। ਜੇਕਰ ਪੰਚਾਇਤ 5-5 ਮਰਲੇ ਦੇ ਪਲਾਟ ਅਲਾਟ ਕਰਨ ਲਈ ਯੋਗ ਲਾਭਪਾਤਰੀਆਂ ਦੀ ਚੋਣ ਲਈ ਸਹਿਮਤ ਨਹੀਂ ਹੁੰਦੀ, ਉਹ ਖੁਦ ਆਪ ਯੋਗ ਲਾਭਪਾਤਰੀਆਂ ਦੀ ਚੋਣ ਗ੍ਰਾਮ ਸਭਾ ਦੀ ਮੀਟਿੰਗ ਬੁਲਾ ਕੇ ਗ੍ਰਾਮ ਪੰਚਾਇਤ ਦੀ ਕਾਰਵਾਈ ਵਿੱਚ ਕਰਨ ਅਤੇ ਯੋਗ ਲਾਭਪਾਤਰੀਆਂ ਦੀ ਚੋਣ ਕਰਕੇ ਤੁਰੰਤ ਅਧਿਕਾਰਤ ਅਥਾਰਟੀ ਨੂੰ ਪੇਸ਼ ਕਰੇ ਅਤੇ ਅਧਿਕਾਰਤ ਅਥਾਰਟੀ ਬੇਘਰੇ ਯੋਗ ਲਾਭਪਾਤਰੀਆਂ ਨੂੰ 5-5 ਮਰਲੇ ਜਗ੍ਹਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਗਰੀਬ ਬੇਘਰੇ ਬੇਜ਼ਮੀਨੀ ਲਾਭਪਾਤਰੀ ਨੂੰ ਅਲਾਟ ਕਰੇ। ਇਹ ਉਹ ਸਾਰੇ ਦੇ ਸਾਰੇ ਸ਼ਬਦ ਸਨ ਜੋ ਮਤਲਬ ਆਈਐਸ ਆਫੀਸਰ ਵੱਲੋਂ ਲਿਖੇ ਗਏ, ਪਰ ਅਜੇ ਤੱਕ ਇਸ 'ਤੇ ਵੀਡੀਓ ਸਾਹਿਬ ਵੱਲੋਂ ਕੋਈ ਵੀ ਅਮਲ ਨਹੀਂ ਕੀਤਾ ਗਿਆ। ਪਰ ਇਸ ਦੇ ਉਲਟ ਦੋਸਤੋ, ਵੀਡੀਓ ਸਾਹਿਬ ਨੇ ਕਬਜ਼ਾ ਵਾਰੰਟ ਜਾਰੀ ਕਰ ਦਿੱਤਾ ਹੈ ਅਤੇ ਕਾਨੂੰਗੋ ਸਾਹਿਬ ਨੂੰ ਹੁਕਮ ਦੇ ਦਿੱਤੇ ਕਿ ਪੁਲਿਸ ਦੀ ਸਹਾਇਤਾ ਦੇ ਨਾਲ ਜਿਨ੍ਹਾਂ ਲੋਕਾਂ ਨੂੰ ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਹੈ ਉਹਨਾਂ ਦੇ ਕੋਲੋਂ ਇਹ ਮਤਲਬ ਛੁਡਵਾਏ ਜਾਣ ਔਰ ਦੁਬਾਰਾ ਫਿਰ ਪੰਚਾਇਤ ਨੂੰ ਇਹ ਪਲਾਟ ਦਿੱਤੇ ਜਾਣ। ਅਤੇ ਦੋਸਤੋ, ਇਸ ਵਿਸ਼ੇ 'ਤੇ ਗੱਲਬਾਤ ਏਵਨ ਪੰਜਾਬੀ ਚੈਨਲ ਨੇ ਕੀਤੀ ਹੈ ਜੀ ਵੀਡੀਓ ਸਾਹਿਬ ਦੇ ਨਾਲ। ਕੀ ਗੱਲਬਾਤ ਕੀਤੀ ਹੈ ਪਹਿਲਾਂ ਤੁਸੀਂ ਉਹ ਸੁਣ ਸਕਦੇ ਹੋ। ਵੀਡੀਓ ਸਾਹਿਬ ਬੋਲਦੇ ਜੀ। ਚਲੋ ਵੀਡੀਓ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਵੀਡੀਓ ਸਾਹਿਬ, ਏਵਨ ਪੰਜਾਬੀ ਚੈਨਲ ਤੋਂ ਮੈਂ ਗੱਲ ਕਰਦਾ ਜੀ, ਟੀਵੀ ਚੈਨਲ ਤੋਂ ਜੀ। ਵੀਡੀਓ ਸਾਹਿਬ, ਅਸੀਂ ਦੁਘਾਟ ਪਿੰਡ, ਸਾਡੀ ਟੀਮ ਪਹੁੰਚੀ ਹੋਈ ਹੈ ਜੀ। ਦੁਘਾਟ ਪਿੰਡ ਇੱਕ ਲਾਭਪਾਤਰੀਆਂ ਨੂੰ 5.5 ਮਰਲੇ ਦੇ 5-5 ਮਰਲੇ ਦੇ ਜਿਹੜੇ ਪਲਾਟ ਅਲਾਟ ਹੋਏ ਸੀ 2013 ਚ, ਹਾਂਜੀ, ਉਹ ਕੈਂਸਲੇਸ਼ਨ ਜਿਹੜਾ ਸਟੇ ਹੋਈ ਸੀ ਕੋਰਟ ਦੇ ਵਿੱਚ, ਕੋਰਟ ਦੇ ਸਟੇ ਵਗੇਟ ਹੋ ਚੁੱਕੀ ਹੈ ਨਾ, ਉਹ ਪੁਰਾਣੀ ਹੈਗੀ ਹੈ। ਅੱਛਾ ਜੀ, ਉਸ ਤੋਂ ਬਾਅਦ ਨਵੀਂ ਕਾਪੀ ਆ ਗਈ ਹੈ ਜੀ। ਇਹਨਾਂ ਨੇ ਤੁਹਾਡੇ ਡਿਪਟੀ ਡਾਇਰੈਕਟਰ ਸਾਹਿਬ ਜਿਹੜਾ ਕੇਸ ਤੇ ਆ ਉਹਦੇ ਵਿੱਚ ਵੀ ਇੱਕ ਹਦਾਇਤ ਹੈ ਜੀ ਵੀਡੀਓ ਸਾਹਿਬ ਤੁਹਾਨੂੰ। ਕੋਈ ਗੱਲ ਨਹੀਂ ਜੀ, ਧੰਨਵਾਦ, ਮਿਲ ਕੇ ਗੱਲ ਕਰਿਆ। ਨਹੀਂ, ਇਹ ਅੱਜ ਤਾਂ ਇੱਥੇ ਕਬਜ਼ਾ ਬਰਾਂ, ਬਿਲਕੁਲ ਜੀ, ਔਰ ਅੱਜ ਫਿਰ ਉਹਨਾਂ ਨੇ ਵਕਤ ਦਿੱਤਾ ਸੀ ਕਿ ਮਿਲ ਕੇ ਗੱਲ ਕਰਾਂਗੇ। ਅੱਜ ਫਿਰ ਏਵਨ ਪੰਜਾਬੀ ਚੈਨਲ ਵੱਲੋਂ ਗੱਲ ਕਰਨ ਦੀ ਉਹਨਾਂ ਨਾਲ ਕੋਸ਼ਿਸ਼ ਕੀਤੀ ਗਈ ਹੈ, ਔਰ ਇਹ ਤੁਸੀਂ ਸੁਣੀ ਸੀ ਕੱਲ੍ਹ ਦੀ ਗੱਲ, ਅੱਜ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਕੀ ਕੋਸ਼ਿਸ਼ ਹੋਈ ਹੈ, ਕਿੰਨੀ ਕੁ ਅਸੀਂ ਸਫਲ ਹੋਏ ਹਾਂ, ਤੁਸੀਂ ਖੁਦ ਸੁਣ ਸਕਦੇ ਹੋ। ਹੈਲੋ ਵੀਡੀਓ ਸਾਹਿਬ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ ਵੀਡੀਓ ਸਾਹਿਬ, ਕੱਲ੍ਹ ਵੀ ਆਪਣੀ ਗੱਲ ਹੋਈ ਸੀ, ਏਵਨ ਪੰਜਾਬੀ ਚੈਨਲ ਤੋਂ ਮੈਂ ਗੱਲ ਕਰਦਾ, ਦੁਘਾਟ ਦੇ ਜਿਹੜਾ ਹੈਗਾ ਜੀ, ਕੱਲ ਕਬਜ਼ਾ ਵਾਰੰਟ ਦੇ ਆਰਡਰ ਸੀ ਜੋ, ਹੁਣ ਆਪਾਂ ਫੋਨ ਤੇ ਗੱਲ ਕਰ ਸਕਦੇ ਕਿਉਂਕਿ ਅਸੀਂ ਨਿਊਜ਼ ਟੈਲੀਕਾਸਟ ਕਰਨੀ ਹੈ। ਅੱਛਾ, ਤੁਸੀਂ ਬੈਠੇ ਹੋ ਆਫਿਸ ਜੀ?
ਤੇ ਦੋਸਤੋ ਉਸ ਤੋਂ ਬਾਅਦ ਵੀ ਅਸੀਂ ਕੋਸ਼ਿਸ਼ ਕੀਤੀ ਹੈ ਪਰ ਉਹ ਲੱਗਦਾ ਕਿ ਈਵਨ ਪੰਜਾਬੀ ਚੈਨਲ ਨਾਲ ਗੱਲਬਾਤ ਹੀ ਨਹੀਂ ਕਰਨਾ ਚਾਹੁੰਦੇ ਔਰ ਅਸੀਂ ਬਾਰ ਬਾਰ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਉਹਨਾਂ ਦਾ ਪੱਖ ਜਾਨਣਾ ਜ਼ਰੂਰੀ ਹੈ ਔਰ ਤਾਂ ਕਿ ਅਸੀਂ ਨਿਊਜ਼ ਨੂੰ ਕੰਪਲੀਟ ਕਰ ਸਕੀਏ ਪਰ ਉਹ ਲੱਗਦਾ ਕਿ ਈਵਨ ਪੰਜਾਬੀ ਚੈਨਲ ਨਾਲ ਗੱਲਬਾਤ ਕਰਨਾ ਹੀ ਨਹੀਂ ਚਾਹੁੰਦੇ ਤੇ ਦੋਸਤੋ ਇਸ ਸੰਬੰਧ ਵਿੱਚ ਜਦੋਂ ਈਵਨ ਪੰਜਾਬੀ ਚੈਨਲ ਦੀ ਟੀਮ ਪਿੰਡ ਦੁਕਾਟ ਪਹੁੰਚੀ ਉੱਥੋਂ ਦੇ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਆ ਕਿ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਜਿਹੜੇ ਲਾਭਪਾਤਰੀ ਨੇ ਕੀ ਗੱਲਬਾਤ ਕੀਤੀ ਰਹੇ ਤੁਸੀਂ ਸੁਣ ਸਕਦੇ ਹੋ ਕੀ ਨਾਮ ਹੈ ਜੀ ਤੁਹਾਡਾ ਜਗਤਾਰ ਸਿੰਘ ਤੁਸੀਂ ਸਰਪੰਚ ਹੋ ਨਹੀਂ ਬਾਈ ਸਰਪੰਚ ਨਹੀਂ ਕਿਹੜੇ ਪਿੰਡ ਦੇ ਦਗਾੜ ਦੇ ਜੀ ਜਗਤਾਰ ਜੀ ਅੱਜ ਤੁਹਾਡੇ ਪਿੰਡ ਦੁਕਾਟ ਦੇ ਵਿੱਚ ਸਾਨੂੰ ਲਾਭਪਾਤਰੀ ਨੇ ਬੁਲਾਇਆ ਜਿਨ੍ਹਾਂ ਨੂੰ 5-5 ਮਰਲੇ ਦੇ 2013 ਵਿੱਚ ਪਲਾਟ ਇਸ਼ੂ ਹੋਏ ਠੀਕ ਹੈ ਜੀ ਅੱਜ ਉਹਨਾਂ ਨੂੰ ਆਪਣੇ ਪਲਾਟ ਜਾਣ ਦਾ ਖਤਰਾ ਮਹਿਸੂਸ ਹੋਣ ਲੱਗਿਆ ਕਿਉਂਕਿ ਬਾਹਰ ਵਿਭਾਗ ਵੱਲੋਂ ਕਬਜ਼ਾ ਕਰਨ ਲਈ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ 2013 ਦੇ ਵਿੱਚ ਉਹਨਾਂ ਦੇ ਪਲਾਟ ਅਲਾਟ ਕਰੇ ਤੇ ਸਰਕਾਰ ਨੇ ਅਕਾਲੀ ਸਰਕਾਰ ਨੇ ਜੀ ਉਹਨਾਂ ਦੇ ਅਲਾਟ ਕਰਨ ਕਾਰਨ ਹੀ ਨਛੱਤਰ ਸਿੰਘ ਵਗੈਰਾ ਨੇ ਸਿਵਲ ਕੋਰਟ ਕੇਸ ਪਾਤਾ ਜੀ ਉਹ ਕੇਸ ਸਿਵਲ ਕੋਰਟ ਕੇਸ ਪਾਇਆ ਵਾ ਜੀ ਉਹ ਉਹਨਾਂ ਦਾ ਫੈਸਲਾ ਉੱਥੇ ਸਿਵਲ ਕੋਰਟ ਨੇ ਰੱਦ ਕਰਤਾ ਜੀ ਮਤਾ ਰੱਦ ਕਰਤਾ ਜੀ ਉਹ ਮਤਾ ਰੱਦ ਕਰਕੇ ਜੀ ਉਹ ਡਾਇਰੈਕਟਰ ਸਾਹਿਬ ਨੇ ਇਹਨਾਂ ਨੂੰ ਬਰੰਟ ਕੈਂਸਲ ਕਰਕੇ ਚੁਕਾਉਣ ਦੇ ਹਦਾਇਤ ਦੇ ਤੇ ਜੀ ਬਰੰਟ ਕਬਜ਼ਾ ਘਟਾਤਾ ਜੀ ਉਸ ਤੋਂ ਬਾਅਦ ਜੀ ਇਹ ਲਾਭਪਾਤਰੀ ਆਪਣਾ ਜਾ ਕੇ ਡਾਇਰੈਕਟਰ ਸਾਹਿਬ ਦੇ ਮੋਹਾਲੀ ਪੇਸ਼ ਹੋ ਗਏ ਜੀ ਡਾਇਰੈਕਟਰ ਸਾਹਿਬ ਨੇ ਫੈਸਲਾ ਦਿੱਤਾ ਜੀ ਵੀ ਜੋ 5-5 ਮਰਲੇ ਦੇ ਪਲਾਟ ਲਾਭਪਾਤਰੀ ਨੇ ਇਹਨਾਂ ਦੀ ਚੋਣ ਦੁਬਾਰਾ ਕੀਤੀ ਜਾਵੇ ਜੀ ਇਹ ਬਾਕੀ ਜਿਹੜਾ ਬਰੰਟ ਕਬਜ਼ਾ ਲਿਆ ਇਹਨਾਂ ਵਾਸਤੇ ਸਰਾਸਰ ਗਲਤ ਹੈ ਜੀ ਜਿਹੜਾ ਬਰੰਟ ਕਬਜ਼ਾ ਤੁਸੀਂ ਗਲਤ ਕਹਿ ਰਹੇ ਹੋ ਉਹ ਕਿਉਂ ਗਲਤ ਉਹ ਇਹ ਆ ਜਿਹੜਾ ਜੀ ਆਪਣਾ ਡਾਇਰੈਕਟਰ ਸਾਹਿਬ ਦਾ ਫੈਸਲਾ ਜੀ ਉਹਦੇ ਆਧਾਰ 'ਤੇ ਜੇ ਚੱਲਿਆ ਜਾਊਗਾ ਜੀ ਉਹਦੇ ਆਧਾਰ 'ਤੇ ਪਲਾਟ 'ਚ ਪਲਾਟ ਲਾਟ ਕਰਾਂਗੇ ਜੀ ਦੁਬਾਰਾ ਮਤਾ ਪਾਇਆ ਜਾਊਗਾ ਜੀ ਵੀਡੀਓ ਸਾਹਿਬ ਨੂੰ ਵੀ ਹਦਾਇਤ ਹੋਈ ਵੀ ਹੈ ਜੀ ਅਤੇ ਇਹਨਾਂ ਦੇ ਪੰਚਾਇਤ ਕੋਲ ਵੀ ਹੈਗਾ ਜੀ ਅਸੀਂ ਇਹਨਾਂ ਦਾ ਬਾਕੀ ਕੋਰਟ 'ਚ ਵੀ ਕੇਸ ਚੱਲਦਾ ਉਹ ਤੋਂ ਬਾਅਦ ਜਿਹੜਾ ਫੈਸਲਾ ਕੋਈ ਆਊਗਾ ਜੀ ਉਹ ਆਧਾਰ 'ਤੇ ਇਹਨਾਂ ਦਾ ਫੈਸਲਾ ਕਰ ਦਾਂਗੇ ਜੀ ਕੀ ਨਾਮ ਹੈ ਜੀ ਤੁਹਾਡਾ ਗੁਰਵਿੰਦਰ ਸਿੰਘ ਆ ਜੀ ਕਿੱਥੇ ਰਹਿਣ ਵਾਲੇ ਹੋ ਪਿੰਡ ਦੁਗਾਟ ਦਾ ਰਹਿਣ ਵਾਲਾ ਜੀ ਕੀ ਮਸਲਾ ਜਿਹੜਾ ਤੁਹਾਨੂੰ ਪਰੇਸ਼ਾਨ ਕਰ ਰਿਹਾ ਕੀ ਚਾਹੁੰਦੇ ਹੋ ਤੁਸੀਂ ਕਹਿਣਾ ਮਸਲਾ ਤਾਂ ਜੀ ਇਹ ਹੈ ਜੀ ਇਹ ਜਦੋਂ ਸਾਡੀ ਅਕਾਲੀ ਸਰਕਾਰ ਸੀ 2013 ਦੇ ਵਿੱਚ ਅਕਾਲੀ ਸਰਕਾਰ ਬਣੀ ਸੀ ਉਹਨਾਂ ਨੇ ਸਾਨੂੰ ਗਰੀਬਾਂ ਨੂੰ ਇਹ ਪਲਾਟ ਅਲਾਟ ਕੀਤੇ ਸੀ 5-5 ਮਰਲੇ ਦੇ ਠੀਕ ਆ ਜੀ ਉਸ ਤੋਂ ਮਗਰੋਂ ਇਹ ਸਰਕਾਰ ਬਦਲੀ ਇਹਨਾਂ ਨੇ ਹੁਣ ਸਾਡੇ ਪਿੰਡ ਦੇ ਵਿੱਚ ਕਈ ਬੰਦੇ ਐਸੇ ਸੀ ਜਿਨ੍ਹਾਂ ਨੇ ਸਾਡੇ ਉੱਤੇ ਕੇਸ ਕੀਤਾ ਵੀ ਇਹ ਗਲਤ ਦਿੱਤੇ ਗਏ ਨਜਾਇਜ਼ ਕਬਜ਼ਾ ਕਰ ਰਹੇ ਨੇ ਇਹ ਫਿਰ ਅਸੀਂ ਉਹਨਾਂ ਨੇ ਸਾਡੇ 'ਤੇ ਜੀ ਕੇਸ ਲਾਤਾ ਸਟੇਅ ਆ ਗਈ ਜੀ ਸਾਡੇ ਕੋਲ ਸਟੇਅ ਆਈ ਤੋਂ ਬਾਅਦ ਅਸੀਂ ਕੇਸ ਕੀਤਾ ਅਸੀਂ ਚੰਡੀਗੜ੍ਹ ਕੇਸ ਕੀਤਾ ਸੀ ਪਹਿਲਾਂ ਪਟਿਆਲੇ ਕੀਤਾ ਸੀ ਫਿਰ ਚੰਡੀਗੜ੍ਹ ਕੀਤਾ ਜੀ ਹਾਈ ਕੋਰਟ ਦੇ ਵਿੱਚ ਫਿਰ ਇਹਨਾਂ ਨੇ ਇਹ ਲੈ ਕੇ ਆਏ ਉੱਥੋਂ ਸਾਨੂੰ ਸੰਮਣ ਆਏ ਜੀ ਸਾਰਿਆਂ ਦੇ ਨਾਂ 'ਤੇ ਕਿੱਥੋਂ ਆਇਆ ਚੰਡੀਗੜ੍ਹ ਤੋਂ ਜੀ ਸੰਮਣ ਆਏ ਸੀ ਅਸੀਂ ਫਿਰ ਉਹਨਾਂ ਨੂੰ ਪੇਸ਼ ਹੋਏ ਜੀ ਉੱਥੇ ਜਾ ਕੇ ਉਹਨਾਂ ਨੂੰ ਦੱਸਿਆ ਵੀ ਸਾਡੀ ਇਹ ਮਜਬੂਰੀ ਆ ਜੀ ਸਾਨੂੰ ਗਰੀਬਾਂ ਨੂੰ ਕਿਉਂ ਤੰਗ ਕੀਤਾ ਜਾ ਰਿਹਾ ਜਦੋਂ ਸਾਨੂੰ ਸਰਕਾਰ ਨੇ ਪਲਾਟ ਦੇ ਦਿੱਤੇ ਨੇ ਤਾਂ ਸਾਨੂੰ ਮਜਬੂਰੀ ਕਿਉਂ ਉਠਾ ਰਹੇ ਨੇ ਇਹ ਸਾਨੂੰ ਹੁਣ ਇਹ ਕੇਸ ਦੇ ਵਿੱਚੋਂ ਧਮਕੀਆਂ ਦਿੰਦੇ ਨੇ ਵੀ ਐਂ ਕਰਾ ਦਾਂਗੇ ਜੀ ਐਂ ਕਰਾ ਦਾਂਗੇ ਸਾਡੇ ਗਰੀਬਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਜੀ ਜਿਹੜਾ ਬੰਦਾ ਤੁਹਾਨੂੰ ਧਮਕੀਆਂ ਦਿੰਦਾ ਉਹ ਕੌਣ ਹੈ ਇਹ ਪਿੰਡ ਦੇ ਨੇ ਜੀ ਪਿੰਡ ਦੇ ਵਿੱਚੋਂ ਨਛੱਤਰ ਸਿੰਘ ਆ ਜੀ ਨਛੱਤਰ ਸਿੰਘ ਆ ਹਰਬੰਸ ਸਿੰਘ ਸਰਪੰਚ ਦੀ ਸਾਬਕਾ ਸਰਪੰਚ ਨੇ ਗੁਰਦੀਪ ਸਿੰਘ ਆ ਜੀ ਗੁਰਦੇਵ ਸਿੰਘ ਆ ਕਾਫੀ ਨੇ ਜੀ ਉਹਨਾਂ ਦੇ ਨਾਲ ਭੁਪਿੰਦਰ ਸਿੰਘ ਦਾ ਦੀਪਾ ਜੀ ਦੀਨੂੰ ਦੀਪਾ ਤੁਸੀਂ ਇੱਕ ਸੁਭਾਸ਼ ਚੰਦ ਜੀ ਹਾਂ ਇਹ ਕਾਂਗਰਸੀ ਨੇ ਸਾਰੇ ਇਹਨਾਂ ਦੀ ਸਰਕਾਰ ਆ ਗਈ ਨਾ ਜੀ ਹੁਣ ਇਹ ਸਾਡੇ ਤੇ ਦਬਾਅ ਪਾ ਰਹੇ ਨੇ ਬਿਨਾਂ ਦੇ ਪਲਾਟ ਅਸੀਂ ਚੁਕਾਈਏ ਜੀ ਉਹਦੇ ਤੋਂ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਵੀ ਸਾਡੇ ਗਰੀਬਾਂ ਦਾ ਜਿਹੜਾ ਸਾਡੇ ਪਲਾਟ ਨੇ ਸਾਡੇ ਹੱਕ 'ਚ ਬਣਦੇ ਨੇ ਇਹ ਅਸੀਂ ਤਣਾ ਲੈ ਰਹੇ ਹਾਂ ਇਹ ਉਹਨਾਂ ਦੇ ਪਿੱਛੇ ਪਿੜੀ ਜਾਂਦੇ ਨੇ ਵੀ ਸਾਨੂੰ ਵੀ ਧਮਕਾ ਰਹੇ ਨੇ ਕਦੇ ਐਂ ਕਰ ਦੂੰਗੇ ਅਸੀਂ ਐਂ ਕਰਦੇ ਹਾਂ ਢਾ ਦਾਂਗੇ ਕਿਰਪਾ ਕਰਕੇ ਸਾਨੂੰ ਤਾਂ ਇਹੀ ਬੇਨਤੀ ਆ ਸਰਕਾਰ ਵੱਲੋਂ ਵੀ ਸਾਡੇ ਨਜਾਇਜ਼ ਨਹੀਂ ਹੈਗੇ ਸਾਡੇ ਜਾਇਜ਼ ਨੇ ਤੁਸੀਂ ਆ ਕੇ ਦੇਖ ਸਕਦੇ ਹੋ
ਸਾਨੂੰ ਕੋਈ ਦਿੱਕਤ। ਤੁਸੀਂ ਜਿਹੜਾ ਹਾਈ ਕੋਰਟ 'ਚ ਕੇਸ ਪਾਇਆ, ਹਾਂਜੀ, ਉਹ ਕੋਈ ਵੀ ਫੈਸਲਾ ਆਉਂਦਾ, ਹਾਂਜੀ, ਤੁਸੀਂ ਉਸ ਨਾਲ ਸਹਿਮਤ ਹੋਵੋਗੇ? ਹਾਂਜੀ ਬਿਲਕੁਲ, ਅਸੀਂ ਤਾਂ ਆਪ ਹੀ ਚਾਹੁੰਦੇ ਜਦੋਂ ਤੱਕ ਸਾਡਾ ਕੇਸ ਪਾਇਆ ਹੋਇਆ ਜੀ ਹਾਈ ਕੋਰਟ ਦੇ ਵਿੱਚ, ਉਹਦੀ 17 ਤਰੀਕ ਨੂੰ ਡੇਟ ਆ ਜੀ, 17 ਤਰੀਕ ਤੋਂ ਬਾਅਦ ਜੋ ਕੁਛ ਵੀ ਹੁੰਦਾ ਸੀ ਫੈਸਲਾ ਹਾਈ ਕੋਰਟ ਦੇ ਆਉਣ ਤੋਂ ਬਾਅਦ ਹੀ ਦੇਖਾਂਗੇ ਜੀ, ਉਹ ਸਾਡੇ ਪੱਖ 'ਚ ਹੋਣਾ ਚਾਹੀਦਾ ਜੀ। ਜਿਹੜੇ 2013 'ਚ ਤੁਹਾਨੂੰ ਪਲਾਟ ਮਿਲੇ ਸੀ, ਹਾਂਜੀ, 5-5 ਮਰਲੇ, ਹਾਂਜੀ, ਉਹਦੇ 'ਚ ਤੁਸੀਂ ਉਹਦੇ 'ਚ ਕੁਛ ਬਣਾਏ? ਹਾਂਜੀ ਬਿਲਕੁਲ ਬਣਾਇਆ ਜੀ ਅਸੀਂ ਸਾਰੇ, ਹਾਂਜੀ ਸਾਰਿਆਂ ਨੇ ਬਣਾਇਆ, ਬਿਲਕੁਲ ਜੀ ਸਾਰਿਆਂ ਨੇ, ਕਮਰੇ ਬਣਾਏ ਸਾਰਿਆਂ ਨੇ ਜੀ, ਆਪਣੇ ਮੁਤਾਬਕ ਆਪਣੀ ਪੈਸਾ ਟੁੱਕਰ ਜਿੰਨਾ ਵੀ ਆਪਣੇ ਕੋਲ ਸੀ ਅਗਲੇ ਨੇ ਲਾਇਆ ਜੀ ਆਪਣੇ ਪਲਾਟਾਂ 'ਤੇ, ਸਾਰਿਆਂ ਨੇ ਮਕਾਨ ਬਣਾਏ ਪਏ ਨੇ ਜੀ। ਹੁਣ ਜੇ ਉਹ ਅਗਰ ਉਹ ਹੁਣ ਸਰਕਾਰ ਜੇ ਆਉਂਦੀ ਆ ਸਾਨੂੰ ਹਟਾ ਦਿੰਦੀ ਆ ਜੀ, ਅਸੀਂ ਤਾਂ ਜੀ ਬਿਲਕੁਲ ਮਰ ਗਏ ਜੀ, ਇਸ ਤਾਂ ਅਸੀਂ ਕਿੱਧਰ ਜਾਵਾਂਗੇ ਜੀ। ਸਾਡੀ ਤਾਂ ਹਾਈ ਕੋਰਟ ਲਵੇ ਅਪੀਲ ਆ ਵੀ ਇਹੀ ਵੀ ਜੋ ਫੈਸਲਾ ਹੁਣ 17 ਤਰੀਕ ਨੂੰ ਆ ਰਿਹਾ ਸਿਰ ਮੱਥੇ ਹੋਵੇ ਤਾਂ ਸਾਡੇ ਪੱਖ 'ਚ ਹੋਣਾ ਚਾਹੀਦਾ ਜੀ ਅਸਲ 'ਚ, ਹਾਂਜੀ, ਸਾਨੂੰ ਉਹ ਇਨਸਾਫ ਚਾਹੀਦਾ ਜੀ। ਇਹ ਵਾਰੀ ਵਾਰੀ ਆਉਂਦੇ ਨੇ ਸਾਨੂੰ ਤੰਗ ਕਰਦੇ ਨੇ, ਸਾਡੇ ਕੋਲ ਸਟੇਆਂ ਤਾਂ ਦੱਸਦੇ ਨੇ ਲਗਾੜਦੇ ਰਹਿਣ ਵਾਲਿਆਂ ਜੀ। ਕੀ ਪ੍ਰੋਬਲਮ ਆ ਤੁਹਾਡੀ, ਕੀ ਸਮੱਸਿਆ? ਸਾਨੂੰ ਪਲਾਟਾਂ ਦਾ ਹੀ ਹੈ ਜੀ ਚੱਕਰ, ਸਾਨੂੰ 2013 'ਚ ਸਾਨੂੰ ਪਲਾਟ ਮਿਲਿਆ ਜੀ, ਅਲੋਟਮੈਂਟ ਕਰਕੇ ਸਾਨੂੰ ਪਲਾਟ ਦਿੱਤੇ ਆ ਜੀ, ਸਾਨੂੰ 55 ਡਿਸਟਰੀਆਂ ਮਿਲ ਗਈਆਂ ਜੀ। ਦੇਖੋ ਕਦੇ ਸਾਡੇ ਸਾਰੇ ਗਰੀਬ ਜਨਤਾ 'ਤੇ ਸੰਮਣ ਭੇਜ ਦਿੰਦੇ ਆ ਜੀ, ਜਿਹੜੇ ਦੂਸਰੀ ਪਾਰਟੀ ਵਾਲੇ ਨੇ ਜੀ, ਕਾਂਗਰਸੀ ਹੈ ਜੀ, ਅਸੀਂ ਜੀ ਪਹਿਲੀ ਕੜੀ ਦੇ ਕਾਂਗਰਸੀਏ 'ਤੇ ਬਚਪਨ ਤੋਂ, ਸਾਨੂੰ ਕਦੇ ਨਾ ਕੋਈ ਬੇਲ, ਨਾ ਕੋਈ ਸਾਡੀ ਧਰਮਸ਼ਾਲਾ, ਨਾ ਸਾਨੂੰ ਕੁਛ ਦਿੱਤਾ। ਅਸੀਂ ਜੇ ਇੱਕ ਤੀ ਅਕਾਲੀਆਂ ਨੂੰ ਵੋਟ ਪਾਈ ਤੀ, ਸਾਨੂੰ ਗਰੀਬਾਂ ਨੂੰ ਪਲਾਟ ਮਿਲ ਗਏ ਜੀ, ਅਸੀਂ ਕਿਹੜਾ ਦੱਬ ਕੇ ਲਿੱਤੇ ਹਾਂ ਜੀ, ਕਾਂਗਰਸ ਨੇ ਦਿੱਤੇ ਨੇ ਅਸੀਂ ਲੈ ਲਏ ਜੀ, ਅਸੀਂ ਲੈਣ ਯੋਗ ਤੇ, ਅਕਾਲੀ ਦਲਾਂ ਨੇ ਸਾਨੂੰ ਦਿੱਤੇ ਨੇ ਅਸੀਂ ਲੈ ਲਏ ਜੀ, ਜੇ ਉਹਨਾਂ ਨੇ ਸਰਕਾਰ ਨੇ ਆਰਡਰ ਦਿੱਤਾ ਪੰਚਾਇਤ ਨੂੰ ਤਾਂ ਸਾਨੂੰ ਲੋਟ ਕਰਕੇ ਦਿੱਤੇ। ਹੁਣ ਕੀ ਦਿੱਕਤ ਆਈ ਆ? ਹੁਣ ਸਾਨੂੰ ਦਿੱਕਤ ਆ ਜੀ, ਸਾਡੇ ਪਲਾਟ ਰਹਿਣੇ ਚਾਹੀਦੇ ਨੇ, ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ, ਸਾਡੀ ਜਾ ਕੇ ਰਹੀ ਬਹਿਣੀ ਦੇਖ ਲਓ ਵੀ ਅਸੀਂ ਕਿੱਥੇ ਬੈਠੇ ਹਾਂ ਜੀ, ਮੇਰੇ ਨਰਕ ਦੇ ਵਿੱਚ ਬੈਠੇ ਹਾਂ ਵੀ, ਸਾਨੂੰ ਜੇ ਢਹਿ ਜਾਣਗੇ ਅਸੀਂ ਮਰ ਜਾਵਾਂਗੇ, ਅਸੀਂ ਤਾਂ ਗਰੀਬ ਬੰਦੇ ਹਾਂ, ਅਸੀਂ ਕਿੱਥੋਂ ਬਣਾ ਲਾਂਗੇ? ਤੁਹਾਨੂੰ 13 'ਚ ਮਿਲੇ ਸੀ? ਹਾਂਜੀ। ਕਿ ਤੁਸੀਂ ਉਹਦੇ ਤੇ ਕੁਛ ਬਣਾਉਣ ਦੀ ਉਹ ਕਰੇ ਬਣਾਇਆ? ਹਾਂਜੀ ਬਣਾਇਆ, ਕਮਰੇ ਬਣਾਏ ਪਏ ਨੇ ਜੀ। ਕਮਰੇ ਕਿੰਨੇ ਕਮਰੇ ਬਣਾਏ? 2 ਕਮਰੇ ਬਣਾਏ ਪਏ ਨੇ ਜੀ। 2 ਕਮਰੇ, ਹਾਂਜੀ, ਵਗਲ ਕੱਢੇ ਪਏ ਨੇ। ਜਿਹੜਾ ਤੁਸੀਂ ਕੋਰਟ ਦੇ ਵਿੱਚ ਕੇਸ ਕੀਤਾ, ਹਾਂਜੀ, ਹਾਂਜੀ, ਉਹ 17 ਤਰੀਕ ਦੀ ਪੇਸ਼ੀ ਤੁਸੀਂ ਕਹਿੰਦੇ ਹੋ? ਹਾਂਜੀ। ਤੇ ਉਹਦੇ 'ਚ ਜੋ ਫੈਸਲਾ ਆਊਗਾ ਤੁਸੀਂ ਉਹਦੇ ਨਾਲ ਸਹਿਮਤ ਹੋਵੋਗੇ? ਸਹਿਮਤ ਹਾਂ ਜੀ ਅਸੀਂ। ਕੀ ਨਾਮ ਹੈ ਮਾਤਾ ਜੀ ਤੁਹਾਡਾ? ਜਰਨੈਲ ਕੌਰ ਹੈ ਜੀ। ਕਿਹੜਾ ਪਿੰਡ ਹੈ ਜੀ? ਡਗਾਟ ਹੈ ਜੀ। ਕੀ ਦੱਸਣਾ ਚਾਹੁੰਦੇ ਹੋ, ਕੀ ਸਮੱਸਿਆ ਤੁਹਾਨੂੰ? ਅਸੀਂ ਦੱਸਦੇ ਹਾਂ ਜੀ, ਸਾਡਾ ਪਲਾਟਾਂ ਦਾ ਰੌਲਾ ਜਿਹੜਾ ਚੱਲ ਰਿਹਾ, ਇਹ ਸਾਨੂੰ ਪਲਾਟ, ਕਿਹੜੇ ਪਲਾਟ, ਕਦੋਂ ਪਲਾਟ? 2013 'ਚ ਸਾਨੂੰ ਪਲਾਟ ਮਿਲੇ ਤੇ ਜੀ, ਉਦੋਂ ਬਾਅਦ ਜੀ ਪਲਾਟ ਮਿਲ ਗਏ ਅਸੀਂ ਪਾ ਲਏ, ਕਿਸੇ ਦੇ ਜਿੰਨੀ ਜਿੰਨੀ ਕਾਗਲੇ 'ਚ ਪਰੋਖੋਂ ਤੀ, ਕਿਸੇ ਨੇ ਨੀਹਾਂ ਭਰ ਲਿਆ, ਕਿਸੇ ਨੇ ਕਮਰਾ ਛੱਤ ਲਿਆ, ਜਦੋਂ ਆਪਣੀ ਰੋਕ ਸਭ ਨੇ ਕਰ ਲਈ, ਉਦੋਂ ਬਾਅਦ ਜੀ ਜਿੰਨੀ ਕੁ ਜ਼ਮੀਨ ਵਿਹਲੀ ਪਈ ਤੀ ਠੇਕੇ 'ਤੇ ਚਾੜਤੀ, ਉਹ ਠੇਕੇ 'ਤੇ ਚਾੜੀ ਹੋਈ ਜੀ। ਕਿਹਨਾਂ ਨੇ ਚਾੜੀ ਆ ਜੀ ਠੇਕੇ? ਉਹ ਠੇਕੇ 'ਤੇ ਉਹਨਾਂ ਨੇ ਲੱਗ ਪਾਲਤੀ ਵਾਲਿਆਂ ਨੇ, ਹਾਂ, ਪੰਚਾਇਤ ਵੱਲੋਂ ਉਹ ਆਪਣੇ ਠੇਕੇ 'ਤੇ ਲੈ ਲਈ, ਠੇਕੇ 'ਤੇ ਲਈ ਹੋਈ ਜੀ, ਆਪਣੇ ਵਾਹੁਣ ਆ ਗਏ, ਵਾਹੁਣ ਆਏ ਹੋਏ ਅਸੀਂ ਆਪਣੇ ਖੜ੍ਹੇ ਰਹੇ, ਆਪਣੇ ਪਿੰਡ ਅਸੀਂ ਨਹੀਂ ਆਏ ਹੈਗੇ, ਅਸੀਂ ਕਿਹਾ ਵੀ ਜਿਹੜੇ ਪਲਾਟ ਨੇ ਵੀ ਆਪਣੇ ਰਹਿਣ ਵੀ ਉਹ ਵਾਹੁਣ, ਜਦ ਜੀ ਅਸੀਂ ਆਏ ਪਲਾਟ ਸਾਡੇ ਪਟ ਨਿਵਾਂ ਵਾਹ ਕੇ ਉਹਨਾਂ ਨੇ ਇੱਟਾਂ ਇਕੱਠੀਆਂ ਕਰਤੀਆਂ ਜੀ, ਜਦ ਅਸੀਂ ਇੱਥੇ ਪਹੁੰਚੇ ਜੀ ਸਾਰੀਆਂ ਇੱਟਾਂ ਇਕੱਠੀਆਂ ਕਰੀਆਂ ਪਈਆਂ, ਪਹਿਲੀ ਲਾਈਨ ਉਹਨਾਂ ਨੇ ਸਾਰੀ ਇਕੱਠੀ ਕਰਤੀ ਇੱਟਾਂ ਦੀ, ਜਦ ਅਸੀਂ ਨੇ ਕਿਹਾ ਵੀ ਤੁਸੀਂ ਤੁਹਾਨੂੰ ਅਸੀਂ ਨੇ ਜਿਹੜੀ ਠੇਕੇ 'ਤੇ ਜ਼ਮੀਨ ਦਈ ਆ ਪੰਚਾਇਤ ਨੇ, ਤੁਸੀਂ ਉਹ ਮੰਨਦੇ, ਤੁਸੀਂ ਸਾਡੇ ਪਲਾਟ ਕਿਉਂ ਚੱਕੇ? ਉਹ ਕਹਿਣ ਲੱਗੇ ਤੁਸੀਂ ਕੀ ਰੋਕਣ ਵਾਲੇ ਹੋ? ਅਸੀਂ ਕਿਹਾ ਵੀ ਅਸੀਂ ਰੋਕਾਂਗੇ ਜੀ। ਮੁੰਡੇ ਨੇ, ਗੁਰਦੀਪ ਨੇ ਜੀ ਮੈਨੂੰ ਕਿਹਾ, ਕਹਿੰਦਾ ਬੇੜਾ ਕੀ ਦੇਖਦਾ, ਕਹਿੰਦਾ ਇਹਦੇ ਪਰਦੀ ਚੜ੍ਹਾ ਦੇ ਟਰੈਕਟ ਜੀ, ਮੇਰੇ 'ਤੇ ਆ ਪੈਰ 'ਤੇ ਟਰੈਕਟ ਚੜ੍ਹਾਏ ਆ। ਇੱਥੋਂ ਜੀ ਅਸੀਂ ਆਈ ਉਹ ਐਂਬੂਲੈਂਸ ਆ ਕੇ ਅਸੀਂ 8-10 ਤੀਵੀਆਂ ਫਟੜ ਕਰੀਆਂ, ਕੱਪੜੇ ਪਾੜੇ ਸਾਡੇ, ਬਹੁਤ ਸਾਡੇ ਗੱਲ ਉਹਨਾਂ ਨੇ ਹੱਥ ਧੱਕਾ ਕਰਿਆ।
ਆ ਸਾਨੂੰ ਐਂਬੂਲੈਂਸ ਆ ਕੇ ਲੈ ਗਈ ਜੀ। ਉੱਥੋਂ ਸਾਨੂੰ ਛੁੱਟੀ ਰਾਤ ਨੂੰ ਕਢਾਈ ਜੀ ਅਸੀਂ ਹਸਪਤਾਲ ਚੋਂ ਡਾਕਟਰਾਂ ਨੂੰ ਉਹ ਕਰਕੇ, ਉੱਥੋਂ ਅਸੀਂ ਆ ਗਏ ਜੀ। ਉੱਥੋਂ ਆ ਕੇ ਜੀ ਫਿਰ ਅਸੀਂ ਆਪਣੇ ਕੇਸ ਕਰਤਾ ਦੀ ਐਸ ਐਸ ਬੀ ਦੇ, ਉਹ ਵੀ ਸਾਡਾ ਰੱਦ ਕਰਾਤਾ ਜੀ। ਉਹ ਅੱਜ ਤੱਕ ਸਾਡਾ ਰੱਦ ਇਸੇ ਲੋਟੇ ਪਿਆ ਜੀ। ਉਹ ਪਲਾਟ ਸਾਨੂੰ ਮਿਲਣੇ ਚਾਹੀਦੇ ਨੇ। ਹਾਂ, ਸਾਡੇ ਤੇ ਸਾਰੇ ਬਰਖਲਾਫ ਹੋਏ ਪਏ ਨੇ, ਸਾਨੂੰ ਮਾਰਨ ਤੱਕ ਜਾੜਨ ਤੱਕ ਹੋ ਰਿਹਾ। ਇੱਕ ਬਾਕੀ ਸਾਡਾ ਹਿੱਲਾ ਦੇਖਿਆ ਜਾਵੇ ਪਿੰਡ ਵੀ, ਕੀ ਸਾਡਾ ਹਾਲ ਆ ਜੀ? ਸਾਡਾ ਕੋਈ ਹਾਲ ਨਹੀਂ। ਹਾਂ, ਅਸੀਂ ਬਹੁਤ ਔਖੇ ਹਾਂ ਜੀ। ਵੀ ਬਸ ਆਹ ਪਲਾਟ ਸਾਨੂੰ ਮਿਲਣੇ ਚਾਹੀਦੇ ਨੇ, ਸਾਰੇ ਜਿੰਨੇ ਵੀ ਸਾਡੇ ਪਲਾਟ ਨੇ ਸਾਡੇ ਹੱਕ 'ਚ ਹੋਣੇ ਚਾਹੀਦੇ ਜੀ। ਆ ਜਿਹੜੇ ਸਾਨੂੰ ਪਲਾਟ ਮਿਲੇ ਨੇ, ਵੀ ਜੇ ਪਲਾਟ ਸਾਡੇ ਢਹਿਣ ਲੱਗੇ, ਸਰਕਾਰ ਸਾਡੇ ਢਹਾਉਣ ਲੱਗੀ, ਤਾਂ ਅਸੀਂ ਜੀ ਬੱਚੇ ਨੂੰ ਲੈ ਕੇ ਅਸੀਂ ਇੱਥੇ ਤੇਲ ਛਿੜਕ ਛਿੜਕ ਕੇ ਇੱਥੇ ਸਤੀ ਹੋਵਾਂਗੇ, ਇੱਥੇ ਮਰ ਜਾਵਾਂਗੇ। ਨਹੀਂ, ਸਰਕਾਰ ਨੂੰ ਸਾਨੂੰ ਪਲਾਟ ਦੇਣੇ ਚਾਹੀਦੇ ਨੇ। ਹਾਂਜੀ ਹਾਂਜੀ, ਜਿਹੜੇ ਸਾਨੂੰ ਪਲਾਟ ਮਿਲੇ ਆ ਜੀ, ਸਾਨੂੰ ਮਿਲਣੇ ਚਾਹੀਦੇ ਆ ਜੀ, ਜਿਹੜੇ ਸਾਨੂੰ ਸਰਕਾਰ ਨੇ ਦਿੱਤੇ ਆ ਜੀ। ਜੇ ਸਾਡੇ ਤੋਂ ਸਰਕਾਰ ਧੱਕਾ ਕਰੂਗੀ ਜੀ, ਅਸੀਂ ਤਾਂ ਆਪਦਾ ਜੀ ਬੱਚਾ ਲੈ ਕੇ ਇੱਥੇ ਮਰ ਜਾਵਾਂਗੇ ਜੀ। ਅਸੀਂ ਲੈਣ ਯੋਗ ਹੈ ਨਹੀਂ ਜੀ, ਖਰੀਦ ਨਹੀਂ ਸਕਦੇ, ਦਿਹਾੜੀ ਕਰਨ ਵਾਲੇ ਬੰਦੇ ਆ ਜੀ, ਕਿ ਅਸੀਂ ਆਪਦੇ ਬੱਚਿਆਂ ਨੂੰ ਜਗ੍ਹਾ ਖਰੀਦ ਕੇ ਦਈਏ ਕਿ ਆਪਦੀ ਰੋਟੀ ਖਾਈਏ ਜੀ। ਤੇ ਦੋਸਤੋ, ਇਹ ਗੱਲਾਂ ਬਾਤਾਂ ਤੁਸੀਂ ਸੁਣੀਆਂ। ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਕਿ ਪਿੰਡ ਦੇ ਲੋਕ ਕਿਸ ਕਦਰ ਆਪੇ 'ਚੋਂ ਬਾਹਰ ਹੋਏ ਨੇ। ਇਹ ਤੁਸੀਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਿਆ, ਮਿੱਟੀ ਦਾ ਤੇਲ ਪਾ ਕੇ ਅੱਗ ਲਾ ਲਾਂਗੇ, ਮਤਲਬ ਆਤਮ ਹੱਤਿਆ ਕਰ ਲਾਂਗੇ, ਕਿ ਸਰਕਾਰ ਨੂੰ ਚਾਹੀਦਾ ਕਿ ਸਾਡੇ ਨਾਲ ਉਹ ਕਿਸੇ ਕਿਸਮ ਦੀ ਕੋਈ ਬੇਇਨਸਾਫੀ ਨਾ ਕਰੇ, ਵਗੈਰਾ ਵਗੈਰਾ। ਇਹ ਤੁਸੀਂ ਸਾਰਾ ਕੁਛ ਸੁਣ ਹੀ ਲਿਆ, ਲੇਕਿਨ ਉਹ ਇਹ ਵੀ ਕਹਿ ਰਹੇ ਨੇ ਕਿ ਜੇ ਦੁਬਾਰਾ ਇਸ ਸਾਰੇ ਕੇਸ ਨੂੰ ਵੇਖਿਆ ਗਿਆ, ਔਰ ਨਾਮ ਤਾਂ ਫਿਰ ਵੀ ਸਾਡਾ ਹੀ ਆਉਣਾ ਹੈ, ਸਾਨੂੰ ਕਿਉਂ ਪੀਸਿਆ ਜਾ ਰਿਹਾ ਹੈ? ਜੇ ਨਾਮ ਹੀ ਸਾਡਾ ਆਉਣਾ ਹੈ, ਜੇ ਫਾਇਦਾ ਹੀ ਸਾਨੂੰ ਮਿਲਣਾ ਹੈ, ਤਾਂ ਸਾਨੂੰ ਇਹ ਵਾਰ ਵਾਰ ਪੀਸਿਆ ਕਿਉਂ ਜਾ ਰਿਹਾ ਹੈ? ਅਤੇ ਦੋਸਤੋ, ਇਸ ਚਿੱਠੀ ਤੋਂ ਬਾਅਦ ਕਿਤੇ ਨਾ ਕਿਤੇ ਲਾਭਪਾਤਰੀ ਜਿਹੜੇ ਉਹ ਆਪਣੇ 'ਚੋਂ ਬਾਹਰ ਹੋਏ ਪਏ ਨੇ। ਉਹ ਮਤਲਬ ਬਹੁਤ ਸਾਰਾ ਕੁਛ ਕਹਿ ਰਹੇ ਨੇ, ਲੇਕਿਨ ਉਹਨਾਂ ਨੇ ਜਿਹੜੀ ਵੱਡੀ ਗੱਲ ਕੀਤੀ ਹੈ ਕਿ ਜਿਹੜੇ ਆਫੀਸਰ ਸਾਹਿਬ ਵੱਲੋਂ ਇਹ ਹੁਕਮ ਹੋਇਆ ਕਿ ਮਤਲਬ ਇਸ ਤਰ੍ਹਾਂ ਕੀਤਾ ਜਾਵੇ, ਦੁਬਾਰਾ ਇਸ ਕੇਸ ਨੂੰ ਘੋਖਿਆ ਜਾਵੇ, ਵਿਚਾਰ ਕੀਤੀ ਜਾਵੇ, ਉਹਨਾਂ ਨੇ ਕਿਹਾ ਕਿ ਦੁਬਾਰਾ ਵਿਚਾਰ ਕਰਨ ਤੋਂ ਬਾਅਦ ਵੀ ਜਿਹੜੇ ਸਾਡੇ ਵਿੱਚੋਂ ਹੀ ਲਾਭਪਾਤਰੀ ਹੈ ਉਹਨਾਂ ਨੂੰ ਹੀ ਫਾਇਦਾ ਹੋਏਗਾ। ਫਿਰ ਇਹ ਦੁਬਾਰਾ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੇ ਅਸੀਂ ਪਲ ਪਲ ਘੜੀ ਘੜੀ ਦਾ ਪੈਸਾ ਜੋੜ ਜੋੜ ਕੇ ਮਿਹਨਤ ਮਜ਼ਦੂਰੀ ਕਰ ਕਰਕੇ ਛੋਟਾ ਜਿਹਾ ਘਰ ਬਣਾਇਆ ਹੈ, ਕਮ ਸੇ ਕਮ ਉਹ ਜੇ ਘਰ ਸਾਡੇ ਹੱਥੋਂ ਖੁੱਸ ਗਿਆ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਸੋ ਦੋਸਤੋ, ਮਸਲਾ ਫਿਰ ਉੱਥੇ ਦਾ ਆ ਜਾਏ, ਪਾਸਟ ਸਰਕਾਰ ਦਾ ਤਾਂ ਪ੍ਰੈਜ਼ੈਂਟ ਸਰਕਾਰ ਦਾ ਤੇ ਜਾਂਦੇ ਨੇ। ਉਹ ਲੋਕ ਪਿੱਛੇ ਜਾਂਦੇ ਨੇ ਜਿਨ੍ਹਾਂ ਲੋਕਾਂ ਦੇ ਨਾਲ ਇਹ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰਦੇ ਆ ਉਹਨਾਂ ਦੀ ਜ਼ਿੰਦਗੀ ਨੂੰ ਸੁਧਾਰਨ ਲਈ, ਔਰ ਪਹਿਲੀਆਂ ਸਰਕਾਰਾਂ ਦੇ ਕੀਤੇ ਹੋਏ ਕੰਮਾਂ ਨੂੰ ਕਿਤੇ ਨਾ ਕਿਤੇ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦੇ ਨੇ। ਹੁਣ ਸਰਕਾਰ ਨੂੰ ਤਾਂ ਇੱਕੋ ਹੀ ਅਪੀਲ ਹੈ, ਬੇਨਤੀ ਹੈ ਕਿ ਕਮ ਸੇ ਕਮ ਇਹਨਾਂ ਲੋਕਾਂ ਦੇ ਨਾਲ ਜੇਕਰ ਧੱਕਾ ਹੋ ਰਿਹਾ ਤਾਂ ਉਸ ਧੱਕੇ ਨੂੰ ਰੋਕਿਆ ਜਾਵੇ ਔਰ ਇਹਨਾਂ ਨੂੰ ਫਾਇਦਾ ਪਹੁੰਚਾਇਆ ਜਾਵੇ। ਸੋ ਦੋਸਤੋ, ਇਸ ਖਬਰ 'ਤੇ ਸਾਡੀ ਨਜ਼ਰ ਹੈ, ਔਰ ਜੋ ਵੀ ਇਸ ਖਬਰ ਨਾਲ ਰਿਲੇਟਡ ਅਪਡੇਟ ਆਏਗੀ ਅਸੀਂ ਆਪ ਸਭ ਦੇ ਰੂਬਰੂ ਕਰਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।